ਹੈਲੋ ਸਟੂਡੈਂਟਸ, ਵੈਲਕਮ ਟੂ ਸਟੱਡੀ ਪੁਆਇੰਟ 44। ਹਾਂਜੀ, ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਬੰਦੇ ਨੇ ਸਾਰਿਆਂ ਨੂੰ ਆਪਾਂ ਟਾਰਗੇਟ ਰੱਖਦੇ ਹੋਏ ਪੰਜਾਬ ਦੇ ਮੇਲੇ ਅਤੇ ਤਿਉਹਾਰ ਇਹਨਾਂ ਨਾਲ ਰਿਲੇਟਡ ਕੁਝ ਮਹੱਤਵਪੂਰਨ MCQs ਡਿਸਕਸ ਕਰਾਂਗੇ ਐਂਡ ਕਾਫੀ ਡਾਟਾ ਜਿਹੜਾ ਤੁਹਾਨੂੰ ਐਕਸਟਰਾ ਵੀ ਮਿਲੇਗਾ। ਸੋ ਵੀਡੀਓ ਤੋਂ ਤੁਸੀਂ ਐਂਡ ਤੱਕ ਬਣੇ ਰਹਿਣਾ ਐਂਡ ਜਿਹੜੇ ਵੀ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲ ਸਕੇ। ਇਸ ਤਰ੍ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਆਪਣਾ ਟੈਲੀਗ੍ਰਾਮ ਚੈਨਲ ਹੈ, ਉਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ। ਇੱਕ ਆਪਣਾ ਐਪਲੀਕੇਸ਼ਨ ਵੀ ਗਿਆ, ਉੱਥੇ ਤੁਹਾਨੂੰ ਕਾਫੀ ਫਰੀ ਆਫ ਕੋਸਟ PDF ਮਿਲ ਜਾਣਗੀਆਂ, ਪੰਜਾਬ GK ਦੀ PDF ਵੀ ਮਿਲ ਜਾਣਗੀਆਂ ਐਂਡ ਪੇਡ ਵੀ ਤੁਹਾਨੂੰ ਕੁਝ PDF ਉੱਥੇ ਮਿਲ ਜਾਣਗੀਆਂ, ਉਸ ਨੂੰ ਵੀ ਤੁਸੀਂ ਇੰਸਟਾਲ ਕਰ ਲੈਣਾ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ। ਬਾਕੀ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ GK ਦਾ ਪੈਕੇਜ ਲੈ ਸਕਦੇ ਹੋ, 200 ਫੀਸ ਰੱਖੀ ਗਈ ਹੈ, ਠੀਕ ਹੈ। ਤੁਹਾਨੂੰ 200 ਰੁਪਏ ਦੇ ਵਿੱਚ ਕੰਪਲੀਟ ਪੰਜਾਬ GK ਦਾ ਪੈਕੇਜ ਮਿਲੇਗਾ। ਨੀਚੇ ਨੰਬਰ 'ਤੇ ਤੁਸੀਂ ਮੈਨੂੰ ਨੀਚੇ ਦਿੱਤਾ ਜਿਹੜਾ ਨੰਬਰ ਹੈ ਇਹਦੇ 'ਤੇ ਤੁਸੀਂ ਮੈਨੂੰ ਜਾਂ ਕਾਲ ਕਰਨੀ ਹੈ ਜਾਂ ਵਟਸਐਪ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ। ਸਾਰੀ ਜਿਹੜੀ ਡਿਟੇਲ ਹੈ ਪੰਜਾਬ GK ਦੇ ਰਿਗਾਰਡਿੰਗ ਉਹ ਤੁਹਾਨੂੰ ਜਿਹੜੀ ਆ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣਾ, ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤਾਂ ਫਿਰ ਤੁਸੀਂ ਇਹਨਾਂ ਨੋਟਸਾਂ ਨੂੰ ਆਪਣੇ ਕੋਲੋਂ ਲੈ ਸਕਦੇ ਹੋ। ਸੋ ਇਸ ਦੇ ਨਾਲ ਹੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ। ਸੋਰੀ, ਪਹਿਲਾ ਕੁਐਸਚਨ ਹੈਗਾ ਕਿਹੜਾ ਮੇਲਾ ਮੌਸਮੀ ਮੇਲਾ ਹੈ, ਹੋਲੀ, ਤੀਆਂ, ਬਸੰਤ ਜਾਂ ਉਪਰੋਕਤ ਸਾਰੇ। ਪਹਿਲਾਂ ਤੁਸੀਂ ਹਰੇਕ ਕੁਐਸਚਨ ਦਾ ਜਿਹੜਾ ਆਨਸਰ ਹੈ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਸੋਚਣਾ ਹੈ, ਠੀਕ ਹੈ। ਜਿੰਨੇ ਵੀ ਮੈਂ ਤੁਹਾਨੂੰ ਕੁਐਸਚਨ ਕਰਾਵਾਂਗਾ ਤਾਂ ਹਰੇਕ ਕੁਐਸਚਨ ਦਾ ਆਨਸਰ ਆਪਣੇ ਮਾਈਂਡ ਦੇ ਵਿੱਚ ਤੁਸੀਂ ਜ਼ਰੂਰ ਸੋਚਣਾ ਹੈ। ਹਾਂਜੀ, ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਆ, ਇਹਦਾ ਜਿਹੜਾ ਸਹੀ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ D, ਯਾਨੀ ਕਿ ਉਪਰੋਕਤ ਸਾਰੇ, ਠੀਕ ਹੈ। ਉਪਰੋਕਤ ਸਾਰੇ ਯਾਨੀ ਕਿ ਜਿਹੜੇ ਉਪਰੋਕਤ ਮੇਲੇ ਦਿੱਤੇ ਹੋਏ ਨੇ ਇਹ ਸਾਰੇ ਜਿਹੜੇ ਮੇਲੇ ਹੈਗੇ ਨੇ, ਹਾਂਜੀ, ਇਹ ਜਿਹੜੇ ਸਾਰੇ ਮੇਲੇ ਹੈਗੇ ਨੇ ਇਹ ਮੌਸਮੀ ਮੇਲੇ ਹਨ, ਤਾਂ D ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ D। ਜਿੰਨੇ ਵੀ ਮੈਂ ਤੁਹਾਨੂੰ ਕੁਐਸਚਨ ਕਰਾਵਾਂਗਾ ਹਰੇਕ ਕੁਐਸਚਨ ਦਾ ਆਨਸਰ ਪਹਿਲਾਂ ਆਪਣੀ ਤੁਸੀਂ ਮਾਈਂਡ ਦੇ ਵਿੱਚ ਜ਼ਰੂਰ ਸੋਚਣਾ ਹੈ। ਹਾਂਜੀ, ਨੈਕਸਟ ਕੁਐਸਚਨ ਹੈਗਾ ਸੈਕਿੰਡ ਨੰਬਰ, ਵੀਰ ਹਕੀਕਤ ਰਾਏ ਦੀ ਸਮਾਧ 'ਤੇ ਪੱਛਮੀ ਪੰਜਾਬ ਵਿੱਚ ਬਸੰਤ ਪੱਛਮੀ ਦਾ ਮੇਲਾ ਲੱਗਦਾ ਹੈ, ਯਾਨੀ ਕਿ ਇੱਥੇ ਜਗ੍ਹਾ ਪੁੱਛੀ ਗਈ ਹੈ ਵੀਰ ਹਕੀਕਤ ਰਾਏ ਦੀ ਸਮਾਧ 'ਤੇ ਜਿਹੜਾ ਪੱਛਮੀ ਪੰਜਾਬ ਦੇ ਵਿੱਚ ਮੇਲਾ ਲੱਗਦਾ ਹੈ, ਠੀਕ ਹੈ, ਕਿਹੜੀ ਜਗ੍ਹਾ 'ਤੇ ਲੱਗਦਾ ਹੈ, ਤਾਂ ਆਨਸਰ ਪਹਿਲਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੋਚਣਾ। ਆਨਸਰ ਬਣੇਗਾ ਆਪਸ਼ਨ ਨੰਬਰ B, ਯਾਨੀ ਕਿ ਲਾਹੌਰ ਦੇ ਵਿੱਚ। ਕਿੱਥੇ? ਲਾਹੌਰ ਦੇ ਵਿੱਚ ਪੱਛਮੀ ਪੰਜਾਬ ਵਿਖੇ ਮੇਲਾ ਲੱਗਦਾ ਹੈ ਵੀਰ ਹਕੀਕਤ ਰਾਏ ਦੀ ਸਮਾਧ 'ਤੇ, ਠੀਕ ਹੈ। ਵੇਟ, ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ B। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਪੱਛਮੀ ਪੰਜਾਬ ਵਿੱਚ ਜਿਹੜਾ ਮੇਲਾ ਲੱਗਦਾ ਹੈ ਕਿਸ ਨਾਲ ਰਿਲੇਟਡ ਹੈਗਾ, ਠੀਕ ਹੈ, ਤਾਂ ਵੀਰ ਹਕੀਕਤ ਰਾਏ ਨਾਲ ਰਿਲੇਟਡ ਹੈ, B ਬਿਲਕੁਲ ਸਹੀ ਆਨਸਰ ਬਣੇਗਾ। ਪਟਿਆਲੇ ਸ਼ਹਿਰ ਦੀ ਜਿਹੜੀ ਬਸੰਤ ਪੱਛਮੀ ਮਸ਼ਹੂਰ ਹੈ, ਇੱਦਾਂ ਕੁਐਸਚਨ ਬਣ ਜਾਏਗਾ ਪੰਜਾਬ ਦੇ ਵਿੱਚ ਜਿਹੜੀ ਬਸੰਤ ਪੱਛਮੀ ਹੈ ਕਿਹੜੇ ਸ਼ਹਿਰ ਦੀ ਸਭ ਤੋਂ ਮਸ਼ਹੂਰ ਮੰਨੀ ਜਾਂਦੀ ਹੈ, ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਪਟਿਆਲੇ ਸ਼ਹਿਰ ਦੀ। ਪਟਿਆਲਾ ਸ਼ਹਿਰ ਦੀ ਜਿਹੜੀ ਸਥਾਪਨਾ ਉਹ ਕੀਤੀ ਸੀ ਬਾਬਾ ਆਲਾ ਜੀ ਨੇ, ਠੀਕ ਹੈ, ਬਾਬਾ ਆਲਾ ਜੀ ਨੇ ਪਟਿਆਲਾ ਸ਼ਹਿਰ ਦੀ ਸਥਾਪਨਾ ਕੀਤੀ ਸੀਗੀ। ਇਸ ਤੋਂ ਇਲਾਵਾ ਸ਼ੀਸ਼ ਮਹਿਲ ਹੋ ਗਿਆ, ਮੋਤੀ ਮਹਿਲ ਹੋ ਗਿਆ,
ਮੋਤੀ ਮਹਿਲ ਇਹ ਵੀ ਕਿੱਥੇ ਆ ਨਾ, ਇਹ ਵੀ ਪਟਿਆਲਾ ਸ਼ਹਿਰ ਦੇ ਵਿੱਚ ਪੈਂਦੇ ਨੇ। ਸੋ ਜਿੰਨੇ ਵੀ ਮੈਂ ਤੁਹਾਨੂੰ ਪੁਆਇੰਟ ਦੱਸਦਾ ਹੁਣ ਪਲੀਜ਼ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਹੈ, ਠੀਕ ਹੈ। ਜਿੰਨੇ ਵੀ ਪੁਆਇੰਟ ਦੱਸਦਾ ਹੁਣ ਇੱਕ ਤਰ੍ਹਾਂ ਦੇ ਕੁਸ਼ਚਨ ਹੁੰਦੇ ਨੇ। ਨੈਕਸਟ ਕੁਸ਼ਚਨ ਹੈਗਾ, ਕਿਹੜੇ ਤਿਉਹਾਰ ਦੇ ਮੌਕੇ ਕੁੜੀਆਂ ਪਿੱਪਲਾਂ ਹੇਠ ਪੀਂਗਾ ਪਾ ਕੇ ਝੂਟਦੀਆਂ ਹਨ? ਕਈ ਵਾਰ ਕੀ ਹੁੰਦਾ, ਕੁਸ਼ਚਨ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਪੁੱਛਿਆ ਜਾਂਦਾ ਹੈ, ਠੀਕ ਹੈ, ਯਾਨੀ ਕਿ ਘੁਮਾ ਕੇ ਪੁੱਛਿਆ ਜਾਂਦਾ ਹੈ। ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਤੀਆਂ, ਠੀਕ ਹੈ। ਤੀਆਂ ਦਾ ਜਿਹੜਾ ਤਿਉਹਾਰ ਹੁੰਦਾ ਹੈ, ਤਾਂ ਇਸ ਤਿਉਹਾਰ ਮੌਕੇ ਜਿਹੜੀਆਂ ਕੁੜੀਆਂ ਹੁੰਦੀਆਂ ਨੇ, ਠੀਕ ਹੈ, ਪਿੱਪਲਾਂ ਹੇਠ ਪੀਂਗਾ ਝੂਟਦੀਆਂ ਨੇ, ਤਾਂ ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਠੀਕ ਹੈ। ਇਸ ਤੋਂ ਇਲਾਵਾ ਇਹ ਤਿਉਹਾਰ ਸਾਉਣ ਮਹੀਨੇ ਦੇ ਵਿੱਚ ਆਉਂਦਾ ਹੈ। ਕਦੋਂ ਆਉਂਦਾ ਹੈ? ਸਾਉਣ ਮਹੀਨੇ ਦੇ ਵਿੱਚ। ਇਹ ਤਾਂ ਤੁਹਾਨੂੰ ਹਰੇਕ ਵਿਦਿਆਰਥੀ ਨੂੰ ਪਤਾ ਹੋਵੇਗਾ ਜਦੋਂ ਐਦਾਂ ਕੁਸ਼ਚਨ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਕਿਹੜੇ ਤਿਉਹਾਰ ਦੇ ਮੌਕੇ ਕੁੜੀਆਂ ਪਿੱਪਲਾਂ ਹੇਠ ਪੀਂਗਾ ਪਾ ਕੇ ਝੂਟਦੀਆਂ ਹਨ, ਫਿਰ ਬੱਚੇ ਕਨਫਿਊਜ਼ ਹੋ ਜਾਂਦੇ ਨੇ, ਤਾਂ ਆਂਸਰ ਬਣੇਗਾ ਤੀਆਂ ਦਾ ਤਿਉਹਾਰ, ਡੀ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਨੈਕਸਟ ਫੱਗਣ ਦੀ ਮੱਸਿਆ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਸ਼ਿਵਰਾਤਰੀ, ਗੁੱਗਾ ਨੌਮੀ, ਦੁਸਹਿਰਾ ਜਾਂ ਸਰਾਧ? ਆਂਸਰ ਬਣੇਗਾ ਆਪਸ਼ਨ ਨੰਬਰ ਏ, ਯਾਨੀ ਕਿ ਸ਼ਿਵਰਾਤਰੀ। ਫੱਗਣ ਦੀ ਮੱਸਿਆ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਸ਼ਿਵਰਾਤਰੀ, ਇਹ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਏ। ਜਦੋਂ ਤੁਸੀਂ ਇਸ ਵੀਡੀਓ ਨੂੰ ਦੋ ਤੋਂ ਤਿੰਨ ਵਾਰ ਦੇਖੋਗੇ ਤਾਂ ਤੁਹਾਨੂੰ ਸਾਰੇ ਜਿਹੜੇ ਕੁਸ਼ਚਨ ਨੇ ਉਹ ਯਾਦ ਹੋ ਜਾਣਗੇ। ਇਸ ਤੋਂ ਇਲਾਵਾ ਜਿੰਨੀਆਂ ਵੀ ਆਪਾਂ ਵੀਡੀਓਜ਼ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਹੋਈਆਂ ਪੰਜਾਬ ਜੀਕੇ ਦੀਆਂ, ਠੀਕ ਹੈ, ਚੈਨਲ ਵਿੱਚ ਤੁਸੀਂ ਵਿਜ਼ਿਟ ਕਰੋ, ਵੀਡੀਓਜ਼ ਵਿੱਚ ਵਿਜ਼ਿਟ ਕਰੋ, ਤੁਸੀਂ ਸਾਰੀ ਵੀਡੀਓਜ਼ ਇੱਕ ਦੋ ਵਾਰ ਜ਼ਰੂਰ ਦੇਖਣੀਆਂ ਨੇ। ਜੇਕਰ ਹੋ ਸਕੇ ਤਾਂ ਨੋਟ ਵੀ ਤੁਸੀਂ ਡਾਟਾ ਕਰ ਸਕਦੇ ਹੋ। ਨੈਕਸਟ ਆਪਣਾ ਕੁਸ਼ਚਨ ਹੈਗਾ, ਹਾਂਜੀ, ਜੇਕਰ ਵੀਡੀਓ ਤੁਹਾਨੂੰ ਹੈਲਪਫੁਲ ਲੱਗਦੀ ਤਾਂ ਪਲੀਜ਼ ਇੱਕ ਵਾਰੀ ਵੀਡੀਓ ਨੂੰ ਲਾਈਕ ਕਰ ਦਿਉ, ਐਂਡ ਸ਼ੇਅਰ ਨਹੀਂ ਕੀਤਾ ਤਾਂ ਸ਼ੇਅਰ ਵੀ ਕਰ ਦਿਉ। ਰੋਸ਼ਨੀਆਂ ਦਾ ਮੇਲਾ ਕਿੰਨੇ ਦਿਨ ਲੱਗਦਾ ਹੈ? ਰੋਸ਼ਨੀ ਦਾ ਮੇਲਾ ਜਿਹੜਾ ਜਗਰਾਵਾਂ ਵਿਖੇ ਲੱਗਦਾ ਹੈ, ਠੀਕ ਹੈ, ਰੋਸ਼ਨੀ ਦਾ ਮੇਲਾ। ਇਸ ਤੋਂ ਇਲਾਵਾ ਜੇਕਰ ਡਿਸਟ੍ਰਿਕਟ ਪੁੱਛ ਲਿਆ ਜਾਵੇ ਤਾਂ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਆਵੇਗਾ, ਠੀਕ ਹੈ। ਜਗਰਾਵਾਂ ਆਪਸ਼ਨ ਦੇ ਵਿੱਚ ਨਾ ਹੋਵੇ ਤਾਂ ਡਿਸਟ੍ਰਿਕਟ ਤੁਸੀਂ ਲੁਧਿਆਣਾ ਟਿਕ ਕਰ ਸਕਦੇ ਹੋ। ਤਾਂ ਰੋਸ਼ਨੀਆਂ ਦਾ ਮੇਲਾ ਤਿੰਨ ਦਿਨ ਲੱਗਦਾ ਹੈ, ਸੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਤਿੰਨ ਦਿਨ, ਸੀ ਕਰੈਕਟ ਆਂਸਰ ਬਣੇਗਾ। ਨੈਕਸਟ, 13 ਤੋਂ ਲੈ ਕੇ 15 ਫੱਗਣ ਤੱਕ ਇਹ ਮੇਲਾ ਲੱਗਦਾ ਹੈ। ਇੱਥੇ ਆਪਣੇ ਕਿੰਨੇ ਕੁਸ਼ਚਨ ਕਵਰ ਹੁੰਦੇ ਨੇ? ਰੋਸ਼ਨੀਆਂ ਦਾ ਮੇਲਾ ਕਿੱਥੇ ਲੱਗਦਾ ਹੈ? ਜਗਰਾਵਾਂ ਦੇ ਵਿੱਚ ਲੱਗਦਾ ਹੈ, ਇੱਕ ਕੁਸ਼ਚਨ। ਰੋਸ਼ਨੀਆਂ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ? ਫੱਗਣ ਦੇ ਮਹੀਨੇ ਲੱਗਦਾ ਹੈ, ਦੋ ਕੁਸ਼ਚਨ। ਰੋਸ਼ਨੀਆਂ ਦਾ ਮੇਲਾ ਜਿਹੜਾ ਹੈਗਾ ਕਿੰਨੇ ਦਿਨ ਲੱਗਦਾ ਹੈ? ਤਿੰਨ ਦਿਨ ਲੱਗਦਾ, ਠੀਕ ਹੈ। ਆਪਣੇ ਇੱਥੇ ਤਿੰਨ ਕੁਸ਼ਚਨ ਜਿਹੜੇ ਨੇ ਉਹ ਕਵਰ ਹੁੰਦੇ ਨੇ, ਠੀਕ ਹੈ। ਡੇਟ ਵੀ ਕਈ ਵਾਰ ਪੁੱਛ ਲਈ ਜਾਂਦੀ ਹੈ, 13 ਤੋਂ 15 ਫੱਗਣ, ਠੀਕ ਹੈ, 13 ਤੋਂ 15 ਫੱਗਣ। ਕੁਸ਼ਚਨ ਨੂੰ ਕਈ ਤਰੀਕਿਆਂ ਨਾਲ ਪੁੱਛਿਆ ਜਾ ਸਕਦਾ, ਤੁਹਾਡੇ ਕਨਸੈਪਟ ਕਲੀਅਰ ਹੋਣੇ ਜ਼ਰੂਰੀ ਨੇ। ਨੈਕਸਟ 7 ਨੰਬਰ ਕੁਸ਼ਚਨ ਹੈਗਾ, ਰੋਸ਼ਨੀਆਂ ਦਾ ਮੇਲਾ ਕਿਹੜੇ ਮਹੀਨੇ ਲੱਗਦਾ? ਇਹਦਾ ਆਂਸਰ ਮੈਂ ਤੁਹਾਨੂੰ ਦੱਸ ਚੁੱਕਿਆ, ਤਾਂ ਆਂਸਰ ਜਿਹੜਾ ਕਰੈਕਟ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਫੱਗਣ, ਠੀਕ ਹੈ। ਫੱਗਣ ਮਹੀਨੇ ਦੇ ਵਿੱਚ ਰੋਸ਼ਨੀਆਂ ਦਾ ਮੇਲਾ ਲੱਗਦਾ, ਡੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ। ਨੈਕਸਟ, ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਮੰਦਰ ਦਾ ਨੀਂਹ ਪੱਥਰ ਮਦਨ ਮੋਹਨ ਮਾਲਵੀਆ ਨੇ ਰੱਖਿਆ ਸੀਗਾ? ਇੱਥੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਕਿਹੜਾ ਮੰਦਰ ਹੈਗਾ, ਠੀਕ ਹੈ। ਜੇਕਰ ਤੁਸੀਂ ਇਸ ਮੰਦਰ ਦੇ ਵਿੱਚ ਗਏ ਹੋ ਤਾਂ ਤੁਹਾਨੂੰ ਜਿਹੜੀ ਤਸਵੀਰ ਯਾਦ ਆ ਗਈ ਹੋਣੀ ਹੈ। ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਦੁਰਗਿਆਨਾ ਮੰਦਰ, ਠੀਕ ਹੈ। ਜਿਹੜਾ ਦੁਰਗਿਆਨਾ ਮੰਦਰ ਹੈਗਾ, ਤਾਂ ਇਸ ਮੰਦਰ ਦਾ ਜਿਹੜਾ ਨੀਂਹ ਪੱਥਰ ਹੈ ਉਹ ਕਿਸ ਨੇ ਰੱਖਿਆ ਸੀ? ਉਹ ਰੱਖਿਆ ਸੀ ਮਦਨ ਮੋਹਨ ਮਾਲਵੀਆ ਨੇ। ਸੀ ਬਿਲਕੁਲ ਸਹੀ ਆਂਸਰ ਬਣੇਗਾ, ਠੀਕ ਹੈ। ਕਮੈਂਟ ਬਾਕਸ ਵਿੱਚ ਦੱਸਿਆ ਜੀ ਜਿਹੜਾ ਦੁਰਗਿਆਨਾ ਮੰਦਰ ਹੈ ਉਹ ਕਿੱਥੇ ਹੈ। ਸਖੀ ਸਰਵਰ ਦਾ ਮੇਲਾ ਕਦੋਂ ਲੱਗਦਾ ਹੈ, ਠੀਕ ਹੈ। ਆਪਸ਼ਨਾਂ ਤੁਹਾਡੇ ਸਾਹਮਣੇ ਨੇ, ਪੋਹ ਦੇ ਚੌਥੇ ਵੀਰਵਾਰ ਨੂੰ, ਪੋਹ ਦੇ ਤੀਜੇ ਵੀਰਵਾਰ, ਪੋਹ ਦੇ ਦੂਜੇ ਵੀਰਵਾਰ ਜਾਂ ਪੋਹ ਦੇ ਪਹਿਲੇ ਵੀਰਵਾਰ। ਤਾਂ ਸਖੀ ਸਰਵਰ ਦਾ ਜਿਹੜਾ ਮੇਲਾ ਇਹ ਲੱਗਦਾ ਹੈ ਆਪਸ਼ਨ ਨੰਬਰ ਡੀ, ਯਾਨੀ ਕਿ ਪੋਹ ਦੇ ਪਹਿਲੇ ਵੀਰਵਾਰ ਨੂੰ। ਡੀ ਬਿਲਕੁਲ ਸਹੀ ਆਂਸਰ ਬਣੇਗਾ।
ਇਹ ਜਿਹੜਾ ਮੇਲਾ ਕਿੱਥੇ ਲੱਗਦਾ? ਲੱਗਦਾ ਮਲੇਰਕੋਟਲੇ ਦੇ ਵਿੱਚ, ਠੀਕ ਹੈ। ਮਲੇਰਕੋਟਲੇ ਦੇ ਵਿੱਚ ਮੇਲਾ ਲੱਗਦਾ। ਇਸ ਤੋਂ ਇਲਾਵਾ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ। ਹੁਣ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਦੇ ਟੋਟਲ 23 ਡਿਸਟ੍ਰਿਕਟ ਹੈਗੇ ਨੇ। ਇਸ ਤੋਂ ਇਲਾਵਾ ਇਹ ਕਦੋਂ ਬਣਿਆ? 14 ਮਈ 2021 ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀਗਾ ਕਾਂਗਰਸ ਸਰਕਾਰ ਦੇ ਦੁਆਰਾ, ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੰਜਾਬ ਦੇ ਸੀਐਮ ਸਨ, ਤਾਂ ਉਹਨਾਂ ਦੁਆਰਾ ਮਲੇਰਕੋਟਲਾ ਜਿਹੜਾ ਸੀਗਾ ਡਿਸਟ੍ਰਿਕਟ, ਤਾਂ ਇਸ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਐਂਡ ਕਿਹੜੇ ਡਿਸਟ੍ਰਿਕਟ ਤੋਂ ਅਲੱਗ ਕੀਤਾ ਗਿਆ? ਇਹ ਕੀਤਾ ਗਿਆ ਸੰਗਰੂਰ ਤੋਂ, ਠੀਕ ਹੈ। ਸੰਗਰੂਰ ਤੋਂ ਇਸ ਨੂੰ ਕੱਟ ਕੀਤਾ ਗਿਆ, ਯਾਨੀ ਕਿ ਸੰਗਰੂਰ ਦੇ ਹਿੱਸੇ ਵਿੱਚੋਂ ਬਣਾਇਆ ਗਿਆ। ਤਾਂ ਇੱਥੇ ਡੀ ਬਿਲਕੁਲ ਸਹੀ ਆਂਸਰ ਬਣ ਜਾਵੇਗਾ। ਨੈਕਸਟ ਕੁਸ਼ਚਨ ਹੈਗਾ, ਪੰਜਾਬ ਦੇ ਕਿਹੜੇ ਸ਼ਹਿਰ ਦੀ ਮੱਸਿਆ ਪ੍ਰਸਿੱਧ ਹੈ? ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਤਰਨ ਤਾਰਨ ਸਾਹਿਬ, ਠੀਕ ਹੈ। ਤਰਨ ਤਾਰਨ ਸਾਹਿਬ ਦੀ ਜਿਹੜੀ ਮੱਸਿਆ ਹੈ ਉਹ ਪ੍ਰਸਿੱਧ ਹੈ। ਸੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ, ਠੀਕ ਹੈ। ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਪੁਰਾਣਾ ਨਾਮ ਸੀਗਾ ਉਹ ਸੀਗਾ ਚੱਕ ਰਾਮਦਾਸਪੁਰਾ, ਠੀਕ ਹੈ। ਚੱਕ ਰਾਮਦਾਸਪੁਰਾ ਇਹ ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਮ ਸੀਗਾ। ਇਸ ਤੋਂ ਇਲਾਵਾ ਚੱਕ ਨਾਨਕੀ ਸੀਗਾ ਤੇ ਮਾਖੋਵਾਲ ਇਹ ਸੀਗਾ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ, ਠੀਕ ਹੈ। ਇਹਨਾਂ ਗੱਲਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਕੁਸ਼ਚਨ ਕੋਈ ਵੀ ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚ, ਸੋ ਧਿਆਨ ਵਿੱਚ ਤੁਸੀਂ ਜ਼ਰੂਰ ਰੱਖਿਓ। ਨੈਕਸਟ 11 ਨੰਬਰ ਕੁਸ਼ਚਨ ਹੈਗਾ, ਦੇਸੀ ਮਹੀਨੇ ਅਨੁਸਾਰ ਨਵਾਂ ਸੰਮਤ ਕਦੋਂ ਹੁੰਦਾ ਹੈ? ਆਹ ਕੁਸ਼ਚਨ ਤਾਂ ਬਹੁਤ ਹੀ ਵਾਰ ਇਗਜ਼ਾਮ ਦੇ ਵਿੱਚ ਰਿਪੀਟ ਹੁੰਦਾ ਹੈ, ਖਾਸ ਕਰਕੇ PSSSB ਵੱਲੋਂ ਜਿਹੜੇ ਪੇਪਰ ਕੰਡਕਟ ਕਰਵਾਏ ਜਾਂਦੇ ਨੇ ਉਹਨਾਂ ਵਿੱਚ ਇਹ ਕੁਸ਼ਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ। ਐਂਡ TCS ਕੰਪਨੀ ਵੱਲੋਂ ਜਿਹੜੇ ਪੰਜਾਬ ਪੁਲਿਸ ਦੇ ਪੇਪਰ ਲਏ ਜਾਂਦੇ ਨੇ ਉਹਨਾਂ ਵਿੱਚ ਵੀ ਕੁਸ਼ਚਨ ਵਾਰ ਵਾਰ ਰਿਪੀਟ ਹੁੰਦਾ ਹੈ। ਤਾਂ ਇਹਦਾ ਕਰੈਕਟ ਜਿਹੜਾ ਆਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਚੇਤ ਦੀ ਪਹਿਲੀ ਨੂੰ। ਦੇਸੀ ਮਹੀਨੇ ਅਨੁਸਾਰ ਨਵਾਂ ਸੰਮਤ ਹੁੰਦਾ ਹੈ, ਚੇਤ ਦੀ ਪਹਿਲੀ ਨੂੰ। ਸੀ ਬਿਲਕੁਲ ਸਹੀ ਆਂਸਰ ਬਣ ਜਾਵੇਗਾ। 12 ਨੰਬਰ ਕੁਸ਼ਚਨ ਹੈਗਾ, ਚੇਤਰ ਸੁਦੀ 8ਵੀਂ ਨੂੰ ਕਿਹੜਾ ਤਿਉਹਾਰ ਹੁੰਦਾ ਹੈ? ਚੇਤਰ ਸੁਦੀ 8ਵੀਂ ਨੂੰ। ਐਂਡ ਤੁਸੀਂ ਮੈਨੂੰ ਇੱਕ ਗੱਲ ਹੋਰ ਕਮੈਂਟ ਬਾਕਸ ਵਿੱਚ ਦੱਸਣੀ ਹੈ ਕਿ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਉਹ ਕਿਹੜੇ ਟੌਪਿਕ ਦੇ ਉੱਪਰ ਬਣਾਈਆਂ ਜਾਣ, ਠੀਕ ਹੈ। ਪੋਲੀਟੀਕਲ ਦੇ ਉੱਪਰ, ਹਿਸਟਰੀ, ਪੰਜਾਬ GK, ਯਾਨੀ ਕਿ GK ਦਾ ਤੁਸੀਂ ਕੋਈ ਵੀ ਟੌਪਿਕ ਮੈਨੂੰ ਦੱਸੋ ਜਿਹੜੀਆਂ ਤੁਹਾਨੂੰ ਵੱਧ ਵੀਡੀਓ ਚਾਹੀਦੀਆਂ ਨੇ, ਠੀਕ ਹੈ। ਐਂਡ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ, ਕਿਉਂਕਿ ਜੇਕਰ ਤੁਸੀਂ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ, ਠੀਕ ਹੈ, ਅਸੀਂ ਵੀ ਮੋਟੀਵੇਟ ਹੁੰਦੇ ਹਾਂ। ਐਂਡ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਦੇਖਣ ਨੂੰ ਮਿਲਣਗੀਆਂ ਆਪਣੇ ਚੈਨਲ ਦੇ ਉੱਪਰ। ਜਦੋਂ ਤੁਸੀਂ ਸ਼ੇਅਰ ਨਹੀਂ ਕਰਦੇ, ਠੀਕ ਹੈ, ਫਿਰ ਵੀਡੀਓ ਤੁਹਾਨੂੰ ਘੱਟ ਦੇਖਣ ਨੂੰ ਮਿਲ ਸਕਦੀਆਂ ਨੇ ਚੈਨਲ ਦੇ ਉੱਪਰ। ਇਸ ਕਰਕੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਿਆ ਕਰੋ, ਤੁਹਾਡੀ ਡਿਊਟੀ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਅੱਗੇ ਬੱਚਾ ਦੇਖੇ ਨਾ ਦੇਖੇ ਉਹ ਉਹਦੀ ਇੱਛਾ ਹੈ, ਬਟ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ, ਕਿਉਂਕਿ ਮਿਹਨਤ ਕਾਫੀ ਲੱਗਦੀ ਹੈ ਬਣਾਉਣ ਦੇ ਉੱਪਰ, ਠੀਕ ਹੈ। ਐਂਡ ਕੰਟੈਂਟ ਵੀ ਤੁਹਾਨੂੰ ਬਹੁਤ ਹੀ ਵਧੀਆ ਜਿਹੜਾ ਪ੍ਰੋਵਾਈਡ ਕੀਤਾ ਜਾ ਰਿਹਾ। ਇਹਦਾ ਆਂਸਰ ਬਣੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਕੰਜਕਾਂ, ਠੀਕ ਹੈ। ਚੇਤਰ ਸੁਦੀ 8ਵੀਂ ਨੂੰ ਕਿਹੜਾ ਤਿਉਹਾਰ ਹੁੰਦਾ ਹੈ? ਕੰਜਕਾਂ। ਬੀ ਬਿਲਕੁਲ ਸਹੀ ਆਂਸਰ ਬਣੇਗਾ। ਨੈਕਸਟ ਕੁਸ਼ਚਨ ਵਾਲਾ ਆਪਾਂ ਮੂਵ ਕਰਦੇ ਹਾਂ 13 ਨੰਬਰ, ਨਰਾਤਿਆਂ ਵਿੱਚ ਕਿਸ ਦੀ ਪੂਜਾ ਹੁੰਦੀ ਹੈ? ਤਾਂ ਨਰਾਤਿਆਂ ਦੇ ਵਿੱਚ ਕਿਸ ਦੀ ਪੂਜਾ ਹੁੰਦੀ ਹੈ? ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਸਾਂਝੀ ਮਾਈ ਦੀ। ਸਾਂਝੀ ਮਾਈ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ। ਡੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਸਾਂਝੀ ਮਾਈ ਦੀ। ਨੈਕਸਟ 14 ਨੰਬਰ ਕੁਸ਼ਚਨ ਹੈਗਾ, ਸਾਵਣ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਹੁੰਦਾ ਹੈ? ਗੁੱਗਾ ਨੌਮੀ, ਦੀਵਾਲੀ, ਦੁਸਹਿਰਾ ਜਾਂ ਰੱਖੜੀ? ਤਾਂ ਸਾਵਣ ਦੀ ਪੂਰਨਮਾਸ਼ੀ ਨੂੰ ਤੁਹਾਨੂੰ ਪਤਾ ਹੋਵੇਗਾ, ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਰੱਖੜੀ। ਰੱਖੜੀ ਦਾ ਤਿਉਹਾਰ ਹੁੰਦਾ ਹੈ। ਡੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਸਾਵਣ ਦੀ ਪੂਰਨਮਾਸ਼ੀ ਰੱਖੜੀ ਦਾ ਤਿਉਹਾਰ। ਨੈਕਸਟ ਗੁੱਗਾ ਨੌਮੀ ਦਾ ਤਿਉਹਾਰ ਕਦੋਂ ਆਉਂਦਾ ਹੈ? ਹਾੜ, ਚੇਤ, ਪਾਦੋਂ ਜਾਂ ਸਾਵਣ? ਤਾਂ ਗੁੱਗਾ ਨੌਮੀ ਦਾ ਜਿਹੜਾ ਤਿਉਹਾਰ ਹੈ ਇਹ ਆਉਂਦਾ ਹੈ ਪਾਦੋਂ ਦੇ ਵਿੱਚ। ਸੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਸੀ। ਇਸ ਤੋਂ ਇਲਾਵਾ ਜਿਹੜੇ
ਦੇਸੀ ਮਹੀਨੇ ਹੈਗੇ ਨੇ ਉਹਨਾਂ ਦਾ ਨਾਮ ਤੁਹਾਨੂੰ ਜ਼ਰੂਰ ਯਾਦ ਹੋਣਾ ਚਾਹੀਦਾ। ਮੈਂ ਤੁਹਾਨੂੰ ਇੱਕ ਵਾਰ ਦੱਸ ਦੇਣਾ, ਚੇਤ, ਵਿਸਾਖ, ਜੇਠ, ਹਾੜ੍ਹ, ਸਾਵਣ, ਪਾਦੋਂ, ਅੱਸੂ, ਕੱਤਕ, ਮੱਗਰ, ਪੋਹ, ਮਾਘ ਤੇ ਫੱਗਣ। ਪਹਿਲਾ ਮਹੀਨਾ ਹੋਵੇਗਾ ਚੇਤ ਤੇ ਲਾਸਟ ਮਹੀਨਾ ਹੋਵੇਗਾ ਫੱਗਣ, ਠੀਕ ਹੈ। ਇੱਦਾਂ ਤੁਹਾਨੂੰ ਸੀਰੀਅਲ ਵਾਈਜ਼ ਯਾਦ ਹੋਣੇ ਜ਼ਰੂਰੀ ਨੇ ਆਪਾਂ, ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਹਾਂ ਤਾਂ ਪੰਜਾਬ ਦੇ ਜਿਹੜੇ ਦੇਸੀ ਮਹੀਨੇ ਨੇ ਉਹ ਤੁਹਾਨੂੰ ਵੈਸੇ ਵੀ ਯਾਦ ਹੋਣੇ ਜ਼ਰੂਰੀ ਨੇ, ਠੀਕ ਹੈ, ਆਪਣੀ ਵੈਸੇ ਨੌਲੇਜ ਦੇ ਲਈ। ਨੈਕਸਟ ਆਪਣਾ ਕੁਸ਼ਚਨ ਹੈਗਾ 16 ਨੰਬਰ, ਕ੍ਰਿਸ਼ਨ ਨਾਲ ਸੰਬੰਧਿਤ ਜਨਮ ਅਸ਼ਟਮੀ ਦਾ ਤਿਉਹਾਰ ਕਦੋਂ ਆਉਂਦਾ ਹੈ? ਤਾਂ ਤੁਹਾਨੂੰ ਪਤਾ ਹੋਵੇਗਾ ਭਗਵਾਨ ਕ੍ਰਿਸ਼ਨ ਦੇ ਨਾਲ ਸੰਬੰਧਿਤ ਹੈ ਜਨਮ ਅਸ਼ਟਮੀ, ਤਾਂ ਇੱਥੇ ਜਿਹੜਾ ਕਰੈਕਟ ਆਂਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ, ਯਾਨੀ ਕਿ ਪਾਦੋਂ, ਠੀਕ ਹੈ। ਪਾਦੋਂ ਮਹੀਨੇ ਦੇ ਵਿੱਚ ਭਗਵਾਨ ਕ੍ਰਿਸ਼ਨ ਨਾਲ ਸੰਬੰਧਿਤ ਜਨਮ ਅਸ਼ਟਮੀ ਦਾ ਤਿਉਹਾਰ ਹੁੰਦਾ ਹੈ, ਡੀ ਬਿਲਕੁਲ ਇੱਥੇ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ। 17 ਨੰਬਰ ਕੁਸ਼ਚਨ ਹੈਗਾ ਸੋਰੀ, ਕਿਹੜਾ ਮੇਲਾ ਸ਼ੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ? ਆਹ ਕੁਸ਼ਚਨ ਬਹੁਤ ਜ਼ਿਆਦਾ ਮਹੱਤਵਪੂਰਨ ਹੈਗਾ ਇਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਠੀਕ ਹੈ। ਜਿੰਨੇ ਵੀ ਮੈਂ ਤੁਹਾਨੂੰ ਕੁਸ਼ਚਨਸ ਕਰਾ ਰਿਹਾ ਪਲੀਜ਼ ਇਹਨਾਂ ਨੂੰ ਨੋਟ ਤੁਸੀਂ ਜ਼ਰੂਰ ਕਰਨਾ ਹੈ, ਕਿਉਂਕਿ ਜਦੋਂ ਆਪਾਂ ਚੀਜ਼ਾਂ ਨੂੰ ਨੋਟ ਕਰ ਲੈਂਦੇ ਹਾਂ ਫਿਰ ਭੁੱਲਣ ਦੀ ਪੋਸੀਬਿਲਿਟੀ ਵੀ ਘੱਟ ਜਾਂਦੀ ਹੈ, ਐਂਡ ਆਪਾਂ ਵਾਰ ਵਾਰ ਤੁਹਾਨੂੰ ਵੀਡੀਓ ਦੇਖਣ ਦੀ ਵੀ ਲੋੜ ਨਹੀਂ ਪਵੇਗੀ, ਐਂਡ ਤੁਸੀਂ ਉਹਨਾਂ ਕੁਸ਼ਚਨਾਂ ਨੂੰ ਵਾਰ ਵਾਰ ਜਿਹੜਾ ਰੀਡ ਕਰ ਸਕਦੇ ਹੋ ਜੇਕਰ ਤੁਸੀਂ ਨੋਟ ਕਰ ਲੈਂਦੇ ਹੋ। ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਜਰਗ ਦਾ ਮੇਲਾ ਜਿਹੜਾ ਹੈਗਾ ਤਾਂ ਇਹ ਮੇਲਾ ਸ਼ੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ, ਡੀ ਬਿਲਕੁਲ ਸਹੀ ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਜਰਗ ਦਾ ਮੇਲਾ। ਇਹ ਮੇਲਾ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ। ਦੇਖੋ ਤੁਸੀਂ ਕਿੰਨੇ ਕੁਸ਼ਚਨ ਇੱਥੇ ਬਣ ਜਾਂਦੇ ਨੇ, ਜਰਗ ਦਾ ਜਿਹੜਾ ਮੇਲਾ ਸ਼ੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ, ਚੇਤਰ ਮਹੀਨੇ ਲੱਗਦਾ ਤੇ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ, ਇੱਦਾਂ ਵੀ ਕਈ ਵਾਰ ਕੁਸ਼ਚਨ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਆਪਸ਼ਨ ਇੱਦਾਂ ਦੀ ਤੁਹਾਡੀ ਹੋ ਸਕਦੀ ਹੈ, ਜਰਗ ਦਾ ਮੇਲਾ ਕਦੋਂ ਲੱਗਦਾ ਹੈ, ਇੱਦਾਂ ਤੁਹਾਡੇ ਕੋਲ ਆਪਸ਼ਨ ਹੋ ਸਕਦੇ ਨੇ, ਚੇਤਰ ਦੇ ਪਹਿਲੇ ਮੰਗਲਵਾਰ ਨੂੰ, ਠੀਕ ਹੈ, ਜਾਂ ਚੇਤਰ ਮਹੀਨੇ ਦੇ ਦੂਜੇ ਮੰਗਲਵਾਰ ਨੂੰ, ਜਾਂ ਚੇਤਰ ਮਹੀਨੇ ਦੇ ਤੀਜੇ ਮੰਗਲਵਾਰ ਨੂੰ, ਇੱਦਾਂ ਦਾ ਕੁਸ਼ਚਨ ਤੁਹਾਡੇ ਕੋਲ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਜੇਕਰ ਕੁਸ਼ਚਨ ਨੂੰ ਥੋੜਾ ਕਮਾ ਕੇ ਪੁੱਛਿਆ ਜਾਵੇ, ਤਾਂ ਡੀ ਬਿਲਕੁਲ ਸਹੀ ਆਂਸਰ ਬਣੇਗਾ। ਛਪਾਰ ਦਾ ਮੇਲਾ ਲੁਧਿਆਣਾ ਵਿੱਚ ਲੱਗਦਾ ਹੈ, ਪਾਦਰੋਂ ਸੁਦੀ 14 ਨੂੰ ਕਿਹੜਾ ਮੇਲਾ ਲੱਗਦਾ ਹੈ? ਤਾਂ ਪਾਦਰੋਂ ਸੁਦੀ 14 ਨੂੰ ਮੇਲਾ ਲੱਗਦਾ ਹੈ ਆਪਸ਼ਨ ਨੰਬਰ ਸੀ, ਯਾਨੀ ਕਿ ਛਪਾਰ ਦਾ ਮੇਲਾ, ਸੀ ਕਰੈਕਟ ਆਂਸਰ ਬਣੇਗਾ ਆਪਸ਼ਨ ਨੰਬਰ ਸੀ, ਛਪਾਰ ਦਾ ਮੇਲਾ। ਇਹ ਮੇਲਾ ਲੁਧਿਆਣਾ ਸ਼ਹਿਰ ਦੇ ਪਿੰਡ ਛਪਾਰ ਵਿੱਚ ਲੱਗਦਾ ਹੈ। ਪਿੰਡ ਦਾ ਨਾਮ ਕਦੇ ਵੀ ਨਹੀਂ ਪੁੱਛਿਆ ਜਾਵੇਗਾ, ਕਿਉਂਕਿ ਜੋ ਪਿੰਡ ਦਾ ਨਾਮ ਹੀ ਛਪਾਰ ਹੈ ਤਾਂ ਮੇਲਾ ਵੀ ਛਪਾਰ ਹੈ, ਤਾਂ ਆਂਸਰ ਬਣੇਗਾ ਲੁਧਿਆਣਾ ਦੇ ਵਿੱਚ ਛਪਾਰ ਦਾ ਮੇਲਾ ਲੱਗਦਾ ਹੈ, ਠੀਕ ਹੈ। ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ, ਪਾਦਰੋਂ ਸੁਦੀ 14 ਨੂੰ ਆਪਸ਼ਨ ਸੀ ਕਰੈਕਟ ਆਂਸਰ ਬਣੇਗਾ। ਕਿਹੜੇ ਮੇਲੇ ਵਿੱਚ ਬੇਹੀ ਗੁਲਗੁਲੇ ਪੇਟ ਕੀਤੇ ਜਾਂਦੇ ਹਨ? ਜਰਗ ਦਾ ਮੇਲਾ, ਛਪਾਰ ਦਾ ਮੇਲਾ, ਰੋਸ਼ਨੀਆਂ ਦਾ ਮੇਲਾ, ਜਾਂ ਨਿਗਾਹਾ ਦਾ? ਤਾਂ ਜਿਹੜਾ ਮੇਲਾ ਹੈਗਾ ਇਹਨਾਂ ਵਿੱਚੋਂ ਜਰਗ ਦਾ ਮੇਲਾ, ਤਾਂ ਇਸ ਮੇਲੇ ਵਿੱਚ ਬੇਹੀ ਗੁਲਗੁਲੇ ਪੇਟ ਕੀਤੇ ਜਾਂਦੇ ਨੇ, ਇਹ ਬਿਲਕੁਲ ਵੀ ਕਿਹਾ ਜਾਂਦਾ ਹੈ। ਇਹ ਵੀ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ, ਠੀਕ ਹੈ। ਇਹ ਵੀ ਪੁਆਇੰਟ ਜਿਹੜਾ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਹੁਣ ਆਪਾਂ ਨੈਕਸਟ ਕੁਸ਼ਚਨ ਵੱਲ ਮੂਵ ਕਰਦੇ ਹਾਂ, 20 ਨੰਬਰ। ਮਨ ਕੀ ਆਉਂਦੀ ਹੈ, ਠੀਕ ਹੈ, ਲੋਹੜੀ ਤੋਂ ਇੱਕ ਦਿਨ ਬਾਅਦ, ਦੀਵਾਲੀ ਤੋਂ ਅਗਲੇ ਦਿਨ, ਵਿਸਾਖੀ ਤੋਂ ਅਗਲੇ ਦਿਨ, ਜਾਂ ਲੋਹੜੀ ਤੋਂ ਅਗਲੇ ਦਿਨ? ਤਾਂ ਮਾਘੀ ਦਾ ਮੇਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇੱਕ ਮਿੰਟ। ਹਾਂਜੀ, ਮਾਘੀ ਦਾ ਮੇਲਾ ਲੱਗਦਾ ਹੈ ਸ਼੍ਰੀ ਮੁਕਤਸਰ ਸਾਹਿਬ ਵਿਖੇ, ਠੀਕ ਹੈ। ਕਿੱਥੇ ਲੱਗਦਾ ਹੈ? ਸ਼੍ਰੀ ਮੁਕਤਸਰ ਸਾਹਿਬ ਵਿਖੇ, 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਮੇਲਾ ਲੱਗਦਾ ਹੈ ਮੁਕਤਸਰ ਸਾਹਿਬ ਵਿਖੇ। ਇਸ ਤੋਂ ਇਲਾਵਾ ਇਹ ਮੇਲਾ ਕਦੋਂ ਲੱਗਦਾ ਹੈ, ਯਾਨੀ ਕਿ ਮਾਘੀ ਕਦੋਂ ਆਉਂਦੀ ਹੈ,
ਇਹ ਕੁਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ, ਲੋਹੜੀ ਤੋਂ ਇੱਕ ਦਿਨ ਬਾਅਦ, ਦੀਵਾਲੀ ਤੋਂ ਅਗਲੇ ਦਿਨ, ਵਿਸਾਖੀ ਤੋਂ ਅਗਲੇ ਦਿਨ, ਜਾਂ ਲੋਹੜੀ ਤੋਂ ਅਗਲੇ ਦਿਨ? ਆਨਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਲੋਹੜੀ ਤੋਂ ਅਗਲੇ ਦਿਨ। ਠੀਕ ਹੈ, ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਲੱਗਦਾ ਸ੍ਰੀ ਮੁਕਤਸਰ ਸਾਹਿਬ ਵਿਖੇ। ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ। ਠੀਕ ਹੈ, ਮਾਘੀ ਦਾ ਮੇਲਾ ਮਾਘ ਦਾ ਜਿਹੜਾ ਪਹਿਲਾ ਦਿਨ ਹੋਵੇਗਾ, ਠੀਕ ਹੈ, ਮਾਘ ਮਹੀਨੇ ਦਾ ਪਹਿਲਾ ਦਿਨ, ਠੀਕ ਹੈ, ਪਹਿਲਾ ਦਿਨ ਜਿਹੜਾ ਹੋਵੇਗਾ ਉਸ ਦਿਨ ਮਾਘੀ ਦਾ ਮੇਲਾ ਲੱਗੇਗਾ ਸ੍ਰੀ ਮੁਕਤਸਰ ਸਾਹਿਬ ਵਿਖੇ। ਇਸ ਤੋਂ ਬਾਅਦ ਲੋਹੜੀ ਦੇ ਤਿਉਹਾਰ ਵਿੱਚ ਬੱਚੇ ਬਹੁਤ ਕਨਫਿਊਜ਼ ਹੁੰਦੇ ਨੇ। ਲੋਹੜੀ ਜਿਹੜੀ ਹੁੰਦੀ ਹੈ ਉਹ ਪੋਹ ਦੇ ਅਖੀਰਲੇ ਦਿਨ ਹੁੰਦੀ ਹੈ। ਠੀਕ ਹੈ, ਪੋਹ ਦੇ ਅਖੀਰਲੇ ਦਿਨ ਹੁੰਦੀ ਹੈ ਲੋਹੜੀ। ਬੱਚਿਆਂ ਨੇ ਕਨਫਿਊਜ਼ ਨਹੀਂ ਹੋਣਾ, ਧਿਆਨ ਵਿੱਚ ਰੱਖਣਾ, ਪੋਹ ਦੇ ਅਖੀਰਲੇ ਦਿਨ ਲੋਹੜੀ ਹੁੰਦੀ ਹੈ ਐਂਡ ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਮੇਲਾ ਲੱਗਦਾ ਸ੍ਰੀ ਮੁਕਤਸਰ ਸਾਹਿਬ ਵਿਖੇ। ਨੈਕਸਟ ਆਪਣਾ ਕੁਸ਼ਚਨ ਹੈਗਾ, ਹਾਂਜੀ, ਕਰਵਾ ਚੌਥ ਦਾ ਪੁਰਬ ਕਦੋਂ ਆਉਂਦਾ ਹੈ? ਫੱਗਣ, ਮਾਘ, ਕੱਤਕ ਜਾਂ ਚੇਤਰ? ਤਾਂ ਕਰਵਾ ਚੌਥ ਦਾ ਜਿਹੜਾ ਪੁਰਬ ਹੈ, ਠੀਕ ਹੈ, ਇਹ ਆਉਂਦਾ ਹੈ ਕੱਤਕ ਦੇ ਵਿੱਚ। ਸੀ ਬਿਲਕੁਲ ਇੱਥੇ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਸੀ, ਕੱਤਕ। ਨੈਕਸਟ, ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੁੱਢ ਕਦੋਂ ਬੱਜਿਆ ਸੀਗਾ? ਠੀਕ ਹੈ, ਆਹ ਕੁਸ਼ਚਨ ਬਹੁਤ ਮਹੱਤਵਪੂਰਨ ਹੈ। ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਜਿਹੜਾ ਮੁੱਢ ਹੈ ਇਹ ਬੱਜਿਆ ਸੀਗਾ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ। ਸੀ ਇੱਥੇ ਕਰੈਕਟ ਆਂਸਰ ਬਣੇਗਾ, ਆਪਸ਼ਨ ਨੰਬਰ ਸੀ, ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤੋਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਮੁੱਢ ਬੱਜਿਆ ਸੀ। ਸੀ ਕਰੈਕਟ ਆਂਸਰ ਬਣ ਜਾਵੇਗਾ। ਨੈਕਸਟ, ਮਕਰ ਸੰਕ੍ਰਾਂਤੀ ਕਿਸ ਦਾ ਦੂਜਾ ਨਾਮ ਹੈ? ਮੱਸਿਆ ਦਾ, ਰੱਖੜੀ ਦਾ, ਲੋਹੜੀ ਦਾ ਜਾਂ ਮਾਘੀ ਦਾ? ਤਾਂ ਮਕਰ ਸੰਕ੍ਰਾਂਤੀ ਜਿਹੜਾ ਹੈਗਾ ਇਹ ਮਾਘੀ ਦਾ ਦੂਜਾ ਨਾਮ ਹੈ। ਡੀ ਇੱਥੇ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ, ਮਕਰ ਸੰਕ੍ਰਾਂਤੀ ਦਾ ਦੂਜਾ ਨਾਮ ਹੈਗਾ ਮਾਘੀ। ਠੀਕ ਹੈ, ਡੀ ਬਿਲਕੁਲ ਸਹੀ ਆਂਸਰ ਬਣੇਗਾ। ਲੋਹੜੀ ਤੋਂ ਅਗਲੇ ਦਿਨ ਮਾਘੀ ਹੁੰਦੀ ਹੈ। ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦਾ 40 ਮੁਕਤਿਆਂ ਦੀ ਯਾਦ ਦੇ ਵਿੱਚ। ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਸੀਗਾ ਖਿਦਰਾਣੇ ਦੀ ਟਾਵ, ਖਿਦਰਾਣੇ ਦੀ ਠਾਵ। ਠੀਕ ਹੈ, ਇਹ ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਮ ਸੀਗਾ। ਨੈਕਸਟ ਆਪਣਾ ਕੁਸ਼ਚਨ ਹੈਗਾ, ਗੋਰਚਾਂ ਦੀ ਖੇਤੀ ਕਿਹੜੇ ਤਿਉਹਾਰ ਨਾਲ ਜੁੜੀ ਹੋਈ ਹੈ? ਗੋਰਚਾਂ ਦੀ ਖੇਤੀ, ਆਂਸਰ ਬਣੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਨਰਾਤਿਆਂ ਦੇ ਨਾਲ। ਨਰਾਤਿਆਂ ਦੇ ਨਾਲ ਗੋਰਚਾਂ ਦੀ ਖੇਤੀ ਜੁੜੀ ਹੋਈ ਹੈ। ਡੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ, ਨਰਾਤੇ। ਨੈਕਸਟ, ਕਿਹੜੇ ਤਿਉਹਾਰ ਮੌਕੇ ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿਹਾ ਜਾਂਦੀਆਂ ਹਨ? ਸ੍ਰਾਧ, ਮੱਸਿਆ, ਰਾਮ ਨੌਮੀ ਜਾਂ ਗੁੱਗਾ ਨੌਮੀ? ਤਾਂ ਜਿਹੜਾ ਤਿਉਹਾਰ ਹੈਗਾ ਗੁੱਗਾ ਨੌਮੀ, ਇਸ ਤਿਉਹਾਰ ਦੇ ਵਿੱਚ ਘਰਾਂ ਦੇ ਵਿੱਚ ਮਿੱਠੀਆਂ ਸੇਵੀਆਂ ਰਿਹਾ ਜਾਂਦੀਆਂ ਨੇ। ਡੀ ਬਿਲਕੁਲ ਸਹੀ ਆਂਸਰ ਬਣੇਗਾ, ਆਪਸ਼ਨ ਨੰਬਰ ਡੀ, ਗੁੱਗਾ ਨੌਮੀ। ਨੈਕਸਟ ਆਪਾਂ ਵੀਡੀਓ ਦਾ ਕੁਸ਼ਚਨ ਦੇਖਦੇ ਹਾਂ, ਸੀਤਲਾ ਮਾਤਾ ਦਾ ਮੇਲਾ ਕਿੱਥੇ ਲੱਗਦਾ ਹੈ? ਆਂਸਰ ਤੁਹਾਨੂੰ ਪਹਿਲਾਂ ਹੀ ਦੇਖਿਆ, ਜਰਗ ਪਿੰਡ ਵਿਖੇ ਲੱਗਦਾ ਹੈ। ਠੀਕ ਹੈ, ਆਪਸ਼ਨ ਸੀ ਬਿਲਕੁਲ ਸਹੀ ਆਂਸਰ ਬਣੇਗਾ, ਜਰਗ ਦੇ ਵਿੱਚ ਸੀਤਲਾ ਮਾਤਾ ਦਾ ਮੇਲਾ ਲੱਗਦਾ ਹੈ। ਸੀ ਕਰੈਕਟ ਆਂਸਰ ਬਣੇਗਾ। ਠੀਕ ਹੈ, ਇਹ ਆਪਣਾ ਵੀਡੀਓ ਦਾ ਲਾਸਟ ਕੁਸ਼ਚਨ ਸੀਗਾ, 26 ਨੰਬਰ। ਠੀਕ ਹੈ, ਇਸ ਤੋਂ ਇਲਾਵਾ ਜੇਕਰ ਆਪਣੇ ਕੋਲ ਤੁਸੀਂ ਨੋਟਸ ਲੈ ਲੈਂਦੇ ਹੋ ਤਾਂ ਉਹਨਾਂ ਵਿੱਚ ਤੁਹਾਨੂੰ ਕਾਫੀ ਮਟੀਰੀਅਲ ਜਿਹੜਾ ਦੇਖਣ ਨੂੰ ਮਿਲ ਜਾਏਗਾ। ਨੋਟਸ ਦੀ ਫੀਸ ਵੀ ਬਹੁਤ ਘੱਟ ਰੱਖੀ ਗਈ, 200 ਰੁਪਏ ਫੀਸ ਰੱਖੀ ਗਈ ਆ। ਪੰਜਾਬ ਜੀਕੇ ਤੁਹਾਨੂੰ ਕੰਪਲੀਟ ਮਿਲੇਗੀ ਐਂਡ ਸਾਰਾ ਜਿਹੜਾ ਡਾਟਾ ਹੈ ਇਹਨਾਂ ਦੇ ਵਿੱਚ ਕਵਰ ਕੀਤਾ ਹੋਇਆ ਤੁਹਾਨੂੰ ਮਿਲੇਗਾ। ਠੀਕ ਹੈ, ਨੋਟਸਾਂ ਨੂੰ ਲੈਣ ਦੇ ਲਈ ਤੁਸੀਂ ਮੈਨੂੰ ਜਿਹੜਾ ਹੇਠਾਂ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਉਸ ਨੰਬਰ ਤੇ ਜਾਂ ਤਾਂ ਕਾਲ ਕਰਨੀ ਹੈ ਜਾਂ ਵਟਸਐਪ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ। ਠੀਕ ਹੈ, ਸਾਰੀ ਜੋ ਡਿਟੇਲ ਹੈ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਐਂਡ ਜੇਕਰ ਹੈਲਪਫੁਲ ਲੱਗਦੀ ਤਾਂ ਇੱਕ ਵਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰੇਕ ਵਿਦਿਆਰਥੀ ਕੋਲ ਆਪਣੀ ਵੀਡੀਓ ਹੋ ਸਕੇ ਐਂਡ ਕਿਹੜੇ ਟੋਪਿਕ ਦੇ ਉੱਪਰ ਤੁਹਾਨੂੰ ਵੀਡੀਓਜ਼ ਪ੍ਰੋਵਾਈਡ ਕਰਵਾਈਆਂ ਜਾਣ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤਾਂ ਜੋ ਆਪਾਂ ਉਸ ਟੋਪਿਕ ਦੇ ਉੱਪਰ ਤੁਹਾਨੂੰ ਹੋਰ ਜਿਹੜੀਆਂ ਵੀਡੀਓਜ਼ ਨੇ ਪ੍ਰੋਵਾਈਡ ਕਰਵਾ ਸਕੀਏ। ਬਾਕੀ ਕੰਟੈਂਟ ਵਧੀਆ ਲੱਗਦਾ ਤਾਂ ਤੁਸੀਂ ਨੋਟਸਾਂ ਨੂੰ ਭੁੱਲ ਕੇ ਵੀ ਨਹੀਂ ਛੱਡਣਾ, ਬਹੁਤ ਵਧੀਆ ਢੰਗ ਦੇ ਨਾਲ ਨੋਟਸ ਰੈਡੀ ਕੀਤੇ ਗਏ ਨੇ ਐਂਡ ਫੀਸ ਵੀ ਸਿਰਫ 200 ਰੁਪਏ ਰੱਖੀ ਹੋਈ ਹੈ। ਠੀਕ ਹੈ, ਨੀਚੇ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਨਾ ਜਾਂ ਵਟਸਐਪ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ।
ਸੋ ਇਸ ਦੇ ਨਾਲ ਹੀ ਵੀਡੀਓ ਨੂੰ ਸਮਾਪਤ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।